ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤੇ ਵੇਖਦੇ ਹਾਂ ਕਿ ਬੇਸ਼ੁਮਾਰ ਲੋਕ ਮਜ਼ਦੂਰੀ ਕਰਦੇ ਨੇ, ਬਿਲਕੁਲ, ਕੁਝ ਸਾਈਕਲਾਂ ਉੱਤੇ ਛੋਟਾ ਮੋਟਾ ਕਾਰੋਬਾਰ ਕਰਦੇ ਨੇ, ਕੁਝ ਨੇ ਰੇੜੀਆਂ, ਹਾਂਜੀ ਹਾਂਜੀ, ਕੁਝ ਗਧਾ ਰੇੜੀ ਉੱਤੇ, ਹਾਂਜੀ, ਯਾਨੀ ਮੁਖਤਲਿਫ ਜ਼ਰਾਇ ਦੇ ਨਾਲ ਉਹ ਰੋਟੀ ਕਮਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਿਸ ਵੀ ਰੋਜ਼ ਬਾਹਰ ਨਿਕਲਦੇ ਅਸੀਂ ਵੇਖਦੇ ਕਿ ਐਸੇ ਕਿਹੜੇ ਲੋਕ ਨੇ ਜਿਹੜੇ ਕਿ ਹੱਕਦਾਰ ਨੇ। ਆਓ ਚੱਲਦੇ ਹਾਂ। ਅਸਲਾਮ ਵਾਲੇਕੁਮ ਜੀ, ਕੀ ਨਾਂ ਜੀ ਆਪਣਾ? ਲਿਆਕਤ। ਲਿਆਕਤ, ਤੇ ਕਿੱਥੇ ਰਹਿੰਦੇ ਹੋ? ਫੈਸਲਾਬਾਦ ਰੋਡ ਮਹੱਲਾ ਬਲਾਲ ਟਾਊਨ। ਫੈਸਲਾਬਾਦ ਰੋਡ ਮਹੱਲਾ ਬਲਾਲ ਟਾਊਨ। ਅੱਛਾ, ਤੇ ਕਿਤਨੀ ਉਮਰ ਹੈ ਤੁਹਾਡੀ? 500 ਰੁਪਏ ਬੱਚਿਆਂ ਦੀ ਖਾਤਰ ਤੇ ਕਿਆ ਤੁਸੀਂ ਆਪਣੀ ਜ਼ਿੰਦਗੀ ਤੋਂ ਮੁਤਮਿਨ ਹੋ? ਜਿੰਨਾ ਚਿਰ ਜ਼ਿੰਦਗੀ ਓਨਾ ਚਿਰ ਇਹੀ ਕੰਮ ਆਉਣਾ, ਜਿੰਨਾ ਚਿਰ ਜ਼ਿੰਦਗੀ ਉਹ ਚ ਇਹੀ ਕੰਮ ਆਉਣੀ ਆ। ਗੱਲ ਇਹ ਆ ਕਿ ਅਸੀਂ ਇਹ ਕੀ ਚੀਜ਼ ਲਾਈ ਤੁਸੀਂ? ਇਹ ਸਪੀਕਰ ਲਾਇਆ, ਟੇਪ ਲਾਈ ਆ। ਇਹ ਤੇ ਕੀ ਆਉਂਦਾ, ਚਲਾ ਕੇ ਦਿਖਾਓ ਹੁੰਦਾ ਕੀ ਆ? ਬੈਟਰੀ ਡਾਊਨ ਹੋ ਗਈ? ਨਹੀਂ ਨਹੀਂ, ਹਾਂ ਹਾਂ, ਆਪੇ ਚੱਲ ਪੈਣੀ। ਅੱਛਾ, ਕੋਈ ਮਿਲਾਈ ਦੀ ਖਾਣੇ ਸਭ ਨੂੰ ਚਾਹੀਦੀ, ਬਿਹਤਰੀਨ ਕੁਲਫੀ, ਠੰਡੀ ਠਾਰ ਕੁਲਫੀ, ਕੁਲਫੀ 5 ਰੁਪਏ ਦੀ ਕੁਲਫੀ। ਯਾਨੀ ਤੁਸੀਂ ਇਹ ਆਵਾਜ਼ ਦੇ ਕੇ ਬੱਚਿਆਂ ਨੂੰ ਮਤਵਜੋ ਕਰਦੇ ਹੋ ਕਿ ਸਾਨੂੰ ਕੋਈ ਰਿਜ਼ਕ ਮਿਲ ਜਾਏ। ਹਾਂਜੀ, ਤੇ ਜਿੱਦਣ ਮੀਂਹ ਪੈ ਜਾਏ ਜਾਂ ਐਸਾ ਮਸਲਾ ਬਣ ਜਾਏ ਉਦਣ ਕੀ ਕਰਦੇ ਹੋ? ਉਦਣ ਵਿਹਲੇ। ਉਦਣ ਵਿਹਲੇ, ਉਦਣ ਘਰ 'ਚ ਫਿਰ ਕੀ ਮੰਜ਼ਰ ਹੁੰਦਾ? ਉਹ ਫਿਰ ਇੱਦਾਂ ਜਿਹੜਾ 100-150 ਸੈਟ ਤੇ ਕੱਢੇ ਹੁੰਦੇ ਆ, ਜੀ ਜੀ, ਉਹ ਕੱਢ ਕੇ ਖਰਚਾ ਦੇ ਦੇਗਾ। ਦੇਖੋ ਮੈਂ ਗੱਲਾਂ ਕਿਉਂ ਕਰਦਾ ਪਿਆ ਵਾਂ ਕਿ ਉਹ ਲੋਕ ਜਿਨ੍ਹਾਂ ਨੂੰ ਰੱਬ ਨੇ ਬੇਪਨਾਹ ਵਸਾ ਦਿੱਤੇ ਆ, ਉਹਦੀ ਔਲਾਦ ਨੂੰ ਨਹੀਂ ਪਤਾ ਕਿ ਗੁਰਬਤ ਕੀ ਚੀਜ਼ ਆ, ਉਹਦੀ ਔਲਾਦ ਨੂੰ ਨਹੀਂ ਪਤਾ ਕਿ ਮਜ਼ਦੂਰੀ ਕੀ ਚੀਜ਼ ਆ, ਉਹਨੂੰ ਔਲਾਦ ਨੂੰ ਇਹ ਨਹੀਂ ਪਤਾ ਕਿ ਮੇਰੇ ਕਿਸ ਕਿਸ ਦੌਰ 'ਚੋਂ ਗੁਜ਼ਰਦਾ ਵਾ, ਕਿਸ ਮੁਸੀਬਤ 'ਚੋਂ ਗੁਜ਼ਰਦਾ ਵਾ। ਜਦੋਂ ਉਹ ਘਰ ਦੇ ਵਿੱਚ ਖਾਲੀ ਜਾਂਦਾ ਤਾਂ ਕੀ ਵੀਰਦੀ ਆ, ਉਹਨਾਂ ਨੂੰ ਨਹੀਂ ਪਤਾ। ਅਤੇ ਮੈਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜ਼ਰਾ ਆਪਣੇ ਇਰਦ ਗਿਰਦ ਬਾਹਰ ਨਿਕਲ ਕੇ ਵੇਖੋ, ਕਿਆ ਦੇਖੋ ਪਸੀਨਾ ਨੂੰ ਆਇਆ ਵਾ, ਕਿਤਨੇ ਮੀਲ 12-13 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਸਾਈਕਲ 'ਤੇ ਸਫ਼ਰ ਤੈਅ ਕਰਨਾ ਵਾ, ਅਤੇ ਦਰ ਤੇ ਜਾਣਾ, ਗਲੀ ਗਲੀ ਜਾਣਾ, ਅਤੇ ਫਿਰ ਜਾ ਕੇ ਰੋਜ਼ੀ ਕਮਾਉਣੀ ਆ। ਅਤੇ ਅਸੀਂ, ਮੇਰਾ ਨਾਂ ਹੱਕ ਨਵਾਜ਼ ਆ, ਅਤੇ ਇਹ ਮੇਰੀ ਬੀਵੀ ਹੈ ਤਾਰਾ ਨਵਾਜ਼, ਅਤੇ ਅਸੀਂ ਹੱਕਦਾਰਾਂ ਨੂੰ ਹੱਕ ਦੇਣ ਆਏ ਹਾਂ। ਅਸੀਂ ਹੱਕ ਦੇ ਵੀਰ, ਇਹ ਮੈਂ ਵੇਖਣ ਦੀ ਤੁਹਾਡੇ ਪਿੱਛੇ ਜਿਹੜਾ ਨਾ ਇਹ ਸੁੱਕੀਆਂ ਰੋਟੀਆਂ ਰੱਖੀਆਂ ਵਾ, ਇਹ ਲੈ ਕੇ ਆਉਂਦੇ ਨੇ? ਇਹ ਕਿਸ ਤਰ੍ਹਾਂ, ਮਤਲਬ ਕਿ ਘਰਾਂ 'ਚ ਲੈ ਕੇ ਆਉਂਦੇ ਜੇ ਉਹਦੇ ਬਦਲੇ ਤੁਸੀਂ ਕੁਲਫੀ ਦਿੰਦੇ ਜੇ? ਅਤੇ ਅਸੀਂ ਇਸ ਮੌਕੇ 'ਤੇ ਇਹ ਗੱਲ ਕਰਾਂਗੇ ਕਿ ਤੁਹਾਨੂੰ, ਅਸੀਂ ਤੁਹਾਨੂੰ ਕੋਈ ਖੁਰਾਕ ਨਹੀਂ ਦੇਣ ਆਏ, ਨਾ ਤੁਹਾਡੀਆਂ ਖਨੀਜ਼ ਕਰਨ ਆਏ ਹਾਂ, ਤੁਸੀਂ ਸਾਡੇ ਭਾਈ ਹੋ, ਤੁਹਾਡਾ ਹੱਕ ਬਣਦਾ ਵਾ। ਮੁਆਸ਼ਰੇ ਵਿੱਚ ਜਿਹੜੇ ਹੱਕਦਾਰ ਨੇ ਉਹਨੂੰ ਆਪਣੇ ਭਾਈ ਸਮਝੋ, ਉਹ ਸਾਡੇ ਭੈਣ ਭਰਾ ਨੇ। ਉਹਨਾਂ ਨੂੰ ਮਕਾਮੀ ਤੌਰ 'ਤੇ ਵਸਾਇਲ ਨਹੀਂ ਮਿਲੇ ਔਰ ਉਹ ਗੁਰਬਤ ਦੀ ਚੱਕੀ 'ਚ ਫਸ ਗਏ, ਔਰ ਨਸਲ ਦਰ ਨਸਲ ਬੱਚੇ ਪੜ੍ਹਦੇ ਨੇ? ਦੇਖੋ ਜੀ, ਕਹਿੰਦਾ ਬੱਚੀ ਦੀ ਬੜੀ ਮੁਸ਼ਕਿਲ ਵਿਆਹੀ ਆ ਤੇ ਦੋ ਬੱਚੇ ਪੜ੍ਹਦੇ ਨੇ। ਇੱਕ ਆਦਮੀ ਜਿਹਨੇ 400-500 ਰੁਪਏ ਰੋਜ਼ ਕਮਾਉਣਾ, ਉਹ ਆਪਣੇ ਬੱਚਿਆਂ ਨੂੰ ਕਿੱਦਾਂ ਪੜ੍ਹਾ ਸਕਦਾ? ਮਕਾਨ ਆਪਣਾ ਕਿਰਾਏ ਦਾ, ਮਕਾਨ ਵੀ ਕਿਰਾਏ ਦਾ। ਅੱਛਾ, ਅਸੀਂ ਆਮ ਜਿਹੇ ਸ਼ਖਸ ਹਾਂ, ਲੇਕਿਨ ਰੱਬ ਨੇ ਕੋਈ ਸਾਨੂੰ ਸ਼ੌਰ ਦਿੱਤਾ ਵਾ, ਸ਼ੁਕਰ ਅਲਹਮਦੁਲਿਲਾ, ਅਸੀਂ ਰੱਬ ਦੀ ਡਿਊਟੀ ਦੇਣ ਵਾਸਤੇ ਨਿਕਲਦੇ ਹਾਂ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡੀ ਕੋਈ ਹੋਰ ਐਸੋ ਬਿਹਤਰ ਕੁਛ ਹੋ ਸਕਦਾ, ਕਿ ਤੁਹਾਡੇ ਦਿਲ 'ਚ ਖਵਾਹਿਸ਼ ਹੋਵੇ ਕਿ ਮੈਨੂੰ, ਮੇਰੇ ਕੋਲ ਪੈਸੇ ਹੋਣ ਅਤੇ ਮੈਂ ਇਸ ਤਰ੍ਹਾਂ ਚੱਲਣ ਫਿਰਨ ਨਾਲ, ਇਸ ਤਰ੍ਹਾਂ ਰੋਜ਼ ਜਾਣ ਬਾਹਰ ਅੰਦਰ ਨਿਕਲਣ ਨਾਲ ਇੱਕ ਜਗ੍ਹਾ 'ਤੇ ਬਹਿ ਕੇ ਰੋਜ਼ੀ ਕਮਾਵਾਂ? ਦੁਕਾਨ ਪਾ ਕੇ ਬੰਦਾ ਬਹਿ ਜਾਂਦਾ, ਕੁਆੜ ਦਾ ਖੰਡਾ ਲਾ ਲੈਂਦਾ। ਅੱਛਾ ਚਲੋ, ਇਹ ਵੀ ਖੁਦ ਆਪਣੇ ਬਿਹਤਰ ਕਰੇਗਾ। ਲਿਆਓ ਜੀ, ਤਾਂ ਲਿਆਓ, ਇਸ ਪਾਸੇ ਲਿਆਓ ਤੁਸੀਂ। ਇਹ ਤੁਹਾਡੇ ਵਾਸਤੇ ਰਾਸ਼ਨ ਆ, ਇਹ ਤੁਹਾਡੇ 'ਤੇ ਕੋਈ ਆਸਾਨ ਨਹੀਂ, ਇਹ ਤੁਹਾਡੇ ਘਰ ਵਾਸਤੇ ਇੱਕ ਰਾਸ਼ਨ ਦਾ ਪੈਕਟ ਆ, ਇਹ ਅੱਲਾ ਵੱਲੋਂ ਆ। ਹਾਂਜੀ, ਆਟਾ ਵੀ ਲਿਆਓ ਇਹਨਾਂ ਵਾਸਤੇ, ਇਹ ਨੀਚੇ ਰੱਖ ਦਿਓ ਤਾਰਾ ਜੀ। ਇਹ ਮੇਰਾ ਵੀਰ, ਇਹ ਕੋਈ ਆਪਣੀ ਮੇਨ ਜ਼ਰੂਰਤ ਪੂਰੀ ਕਰਨਾ, ਕੋਈ ਬੱਚਿਆਂ ਨੂੰ ਕੱਪੜੇ ਲੈ ਕੇ ਦੇਣਾ। ਇਹ ਕੋਈ ਖਰਾਕ ਨਹੀਂ ਦੇਂਦੇ, ਇਹ ਤੁਹਾਡਾ ਹੱਕ ਸੀਗਾ ਭਾਈ, ਤੇਰਾ ਹੱਕ ਆ ਜੇ ਤੁਹਾਨੂੰ ਦਿੱਤਾ ਗਿਆ, ਠੀਕ ਹੈ? ਅਤੇ ਦੁਆ ਕਰਿਓ ਉਹਨਾਂ ਲੋਕਾਂ ਵਾਸਤੇ ਜਿਹੜੇ ਸਾਡੇ ਨਾਲ ਖੜੇ ਨੇ, ਸਭ ਵਾਸਤੇ ਦੁਆ ਕਰੋ ਅਤੇ ਨਮਾਜ਼ ਪੜ੍ਹਿਆ ਕਰੋ, ਸਮਝਣਾ, ਅੱਲਾ ਜ਼ਿਕਰ ਕਰਿਆ ਕਰੋ, ਖੁਦਾ ਕਾਰੋਬਾਰ ਕਰ ਲਿਆਏਗਾ, ਤੁਹਾਡੇ ਕਾਰੋਬਾਰ ਵਾਸਤੇ ਕੋਸ਼ਿਸ਼ ਕਰਾਂਗੇ, ਅੱਲਾ ਬਿਹਤਰ ਕਰੇਗਾ। ਜਿੱਥੇ ਹੋਰਾਂ ਲੋਕਾਂ ਦਾ ਹੋ ਰਿਹਾ ਵਾ, ਤੁਸੀਂ ਮੈਂ ਮਹਿਸੂਸ ਕੀਤਾ ਹੋਏਗਾ ਕਿ ਕਿਤਨੇ ਲੋਕਾਂ ਰੇਹੜੀਆਂ ਬਣਾ ਕੇ ਦਿੱਤੀਆਂ ਨੇ? ਮੈਨੂੰ ਪਤਾ ਜੀ। ਪਤਾ ਤੁਹਾਨੂੰ ਅੰਦਾਜ਼ਾ ਸਮੁੰਦਰੀ ਕਿਤਨੇ ਲੋਕਾਂ ਰੇਹੜੀਆਂ ਬਣਾ ਕੇ ਦਿੱਤੀਆਂ? ਬਣਾ ਕੇ ਦਿੱਤੀਆਂ ਬਹੁਤ ਸਾਰੇ ਲੋਕਾਂ ਨੂੰ।
ਤੇ ਅਸੀਂ ਕਿੱਦਾਂ ਬਰਦਾਸ਼ਤ ਕਰਾਂਗੇ ਕਿ ਇੱਕ ਬੰਦਾ ਤੁਹਾਡੇ ਵਾਸਤੇ ਤੁਸੀਂ ਐਸਾ ਤੁਰਦੇ ਤੁਸੀਂ ਜਿਹਨੂੰ ਖੋਖਾ ਬਣਾ ਕੇ ਦਿੱਤਾ ਉਹ ਫਿਰ ਵਾਪਸ ਆਇਆ ਕੋਈ ਗੱਲ ਨਹੀਂ ਕੋਈ ਗੱਲ ਲੈ ਕੇ ਉਹਨੂੰ ਸਾਈਕਲ ਲੈ ਕੇ ਦੱਸਿਆ ਬਹੁਤ ਸ਼ੁਕਰੀਆ।